ਕਾਟਨ ਦੀ ਕੁੜਤੀ ਹੈ ਜੀ, ਆਪਾਂ ਤੁਹਾਨੂੰ ਦੇ ਦਾਂਗੇ ਜੀ ਸਿਰਫ ਤੇ ਸਿਰਫ 150 ਰੁਪਏ ਦਾ। ਗਾਈਸ ਲੰਪ ਆਂਦਾ ਜੀ, ਤੁਸੀਂ ਕਟਿੰਗ ਕਰਵਾ ਕੇ ਜਿੰਨਾ ਮਰਜ਼ੀ ਸੂਟ ਲੈ ਸਕਦੇ ਹੋ। 190 ਦਾ ਤੁਹਾਨੂੰ 2 ਪੀਸ ਦੇ ਦੇਣਾ ਜੀ। ਇਹੀ ਤਾਂ ਲੋਟ ਦੀ ਗੱਲ ਹੈ ਨਾ ਕਿ ਮਿਲਨ ਕੋਲੇ ਸ਼ਰਟ ਤੇ ਬਾਟਮ ਰਹਿ ਗਿਆ, ਦੁਪੱਟਾ ਖਤਮ ਹੋ ਗਿਆ, ਤਾਂ ਉਹਨਾਂ ਨੇ ਮਾਲ ਲੋਟ ਵਿੱਚ ਕੱਢਤਾ। ਜਾਰਜਟ ਦੇ ਉੱਪਰ ਡਿਜੀਟਲ ਵਰਕ ਕੀਤਾ ਹੋਇਆ ਜੀ। ਇਹ ਜਿਹੜੀ ਫੈਬਰਿਕ ਹੈ ਜੀ, ਇਹ ਤੁਸੀਂ ਕਟਵਾ ਕੇ ਚਾਹੇ ਫਰੋਕ ਸੂਟ ਬਣਾ ਲਓ ਚਾਹੇ ਗਾਊਨ ਬਣਾ ਲਓ, ਹਾਂਜੀ, ਤਾਂ ਅਸੀਂ ਤੁਹਾਨੂੰ ਦੇ ਦੇਣਾ ਜੀ ਸਿਰਫ ਤੇ ਸਿਰਫ 14 ਕਿਲੋ ਕੁਆਲਿਟੀ ਹੈ ਜੀ, ਵਧੀਆ ਵਾਲੀ ਰਿਓਨ ਹੈ। ਵੀਡੀਓ ਵਿੱਚ ਦਿਖਾਉਣ ਲਈ ਇੰਨਾ ਮਾਲ ਮੰਗਾਇਆ ਸੀ ਜੀ, ਪਰ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਸੇਲ ਹੋ ਗਿਆ। ਓਕੇ, ਪਰ ਕਸਟਮਰ ਟੈਨਸ਼ਨ ਨਾ ਕਰਨ, ਜਦ ਤੱਕ ਵੀਡੀਓ ਅਪਲੋਡ ਹੋਣੀ ਹੈ ਤਾਂ ਹੋਰ ਮਾਲ ਆ ਜਾਣੇ। ਤਾਂ ਇਹ ਸਾਰਾ ਲੋਟ ਦਾ ਮਾਲ ਹੈ ਜੀ, ਲੋਟ ਦਾ ਮਾਲ ਮਤਲਬ ਕੋਈ ਡਿਫੈਕਟ ਨਹੀਂ ਹੈ ਜੀ। ਮਿਲ ਕੋਲੇ ਸੈੱਟ ਟੁੱਟ ਜਾਂਦੇ ਨੇ ਤਾਂ ਉਹ ਮਾਲ ਅਸੀਂ ਲਿਆ ਕੇ ਸਸਤੇ ਰੇਟਾਂ 'ਚ ਖਰੀਦਦੇ ਹਾਂ। ਡਾਲ ਦੀ ਮਸਲੀਨ ਪਾਰਟੀ ਵੇਅਰ ਆਈਟਮ ਹੈ ਜੀ, 14 ਕਿਲੋ ਕੁਆਲਿਟੀ ਹੈ ਜੀ, ਸੂਰਤ ਦੀ ਰਿਓਨ, ਫੋਇਲ ਪ੍ਰਿੰਟ, ਰਾਈਟ। ਆਹ ਦੇਖੋ ਜੀ, ਇੱਦਾਂ ਦੀ ਤੁਹਾਨੂੰ ਗਲੇਸ ਕਾਟਨ ਮਿਲ ਜਾਏਗੀ। ਆਹ ਦੇਖੋ ਜੀ, ਪਿਓਰ ਜਾਮ ਹੈ, ਇੱਦਾਂ ਤੁਹਾਨੂੰ ਕੈਮਰਿਕ ਦੇ ਵਿੱਚ ਵੀ ਅਲੱਗ ਅਲੱਗ ਡਿਜ਼ਾਈਨ ਮਿਲ ਜਾਣਗੇ। ਜਾਰਜਟ ਦੀ ਕੁੜਤੀ ਹੈ ਜੀ, ਆ ਦੇਖੋ ਨੈੱਟ ਦਾ ਦੁਪੱਟਾ ਹੈ ਜੀ। ਸੋ ਮਿਕਸ ਫੈਬਰਿਕ, ਜਿੰਨੇ ਮਰਜ਼ੀ ਦੁਪੱਟੇ ਲੈ ਲਓ ਜੀ, ਸਾਰੇ ਤੁਹਾਨੂੰ ਮਤਲਬ ਬਹੁਤ ਵਧੀਆ ਵਧੀਆ ਕੁਆਲਿਟੀ ਮਿਲ ਜਾਊਗੀ, ਸਿਰਫ ਤੇ ਸਿਰਫ 90 ਰੁਪਏ। ਆਪਣੇ ਕੋਲੇ ਬ੍ਰਾਂਡਡ ਸੂਟ ਜਿਵੇਂ ਗੰਗਾ, ਵਰਸ਼ਾ, ਰੂਪਾਲੀ, ਅਲੋਕ, ਕੈਲਾਸ਼, ਇਹ ਵੀ ਤੁਹਾਨੂੰ ਆਪਣੇ ਤੋਂ ਬ੍ਰਾਂਡਡ ਘਰਾਂ ਦੇ ਸੂਟ ਮਿਲ ਜਾਣਗੇ। ਸੋ ਗਾਈਜ਼, ਆਜ ਹਮ ਫਿਰ ਸੇ ਆ ਚੁੱਕੇ ਹਾਂ ਜੀ A to Z ਕਟਪੀ ਸੈਂਟਰ ਪੇ। ਯਹਾਂ ਪੇ ਗਾਈਜ਼ ਆਪਕੋ ਕਿਲੋ ਕੇ ਰੇਟ ਪੇ ਤੋਲ ਕੇ ਕਪੜਾ ਮਿਲਤਾ ਹੈ, ਯਹਾਂ ਕੀ ਸਪੈਸ਼ਲਿਟੀ ਹੈ ਜੀ। ਔਰ ਕਟ ਪੀਸ ਅਗਰ ਆਪਕੋ ਲੈਣੇ ਹੈ ਨਾ, ਅਗਰ ਆਪ ਪੂਰਾ ਫਰੈਸ਼ ਸੂਟ ਲੈਣਾ ਚਾਹਤੇ ਹੋ ਨਾ, ਆਪਕੋ ਬਹੁਤ ਕੋਸਟਲੀ ਮਿਲਤਾ ਹੈ। ਸੋ ਯਹਾਂ ਪੇ ਕਿਲੋ ਕੇ ਰੇਟ ਪੇ ਕਪੜਾ ਲਓ ਜੀ, ਔਰ ਆਪਕੋ ਬਹੁਤ ਪ੍ਰੋਫਿਟ ਹੋਣੇ ਵਾਲਾ ਹੈ, ਪੈਸੇ ਆਪਕੇ ਬਚਨੇ ਵਾਲੇ ਹੈ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਮ ਕਿਆ ਰਹੇਗਾ ਅੱਜ ਕੀ ਵੀਡੀਓ ਮੈਂ ਸਪੈਸ਼ਲ ਵਿਊਅਰਸ ਕੇ ਲਈ? ਅੱਜ ਦੀ ਵੀਡੀਓ ਦੇ ਵਿੱਚ ਸਾਰੀ ਮਿਕਸ ਵੈਰਾਈਟੀ ਹੈ ਜੀ, ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਪਿੱਛੇ ਪਸ਼ਮੀਨੇ ਦੀ ਕਲੀਅਰੈਂਸ ਸੇਲ ਲਾਈ ਸੀ ਜੀ। ਹਾਂਜੀ, ਤਾਂ ਆਪਾਂ ਨੂੰ ਵਿਊਅਰਸ ਨੇ ਬਹੁਤ ਪਿਆਰ ਦਿੱਤਾ ਜੀ, ਆਪਣਾ ਸਮਾਨ 2-3 ਦਿਨਾਂ ਦੇ ਵਿੱਚ ਸਾਰਾ ਸੇਲ ਹੋ ਗਿਆ ਜੀ। ਓਕੇ, ਤਾਂ ਹੁਣ ਆਪਾਂ ਲੈ ਕੇ ਆਏ ਜੀ ਮਿਕਸ ਵੈਰਾਈਟੀ, ਜਿਵੇਂ ਕਿ ਹੁਣ ਨਾ ਤਾਂ ਜ਼ਿਆਦਾ ਸਰਦੀ ਹੈ ਤੇ ਨਾ ਅਜੇ ਗਰਮੀ ਪੂਰੀ ਤਰ੍ਹਾਂ ਆਈ ਹੈ, ਤਾਂ ਆਪਾਂ ਹੁਣ ਜਿਵੇਂ ਤੁਹਾਨੂੰ ਪਾਰਟੀ ਵੇਅਰ ਮੁਡਾਲ ਦੀ ਮਸਲੀਨ, ਜਾਰਜਟ ਤੇ ਵਰਕ ਤੇ ਕੁਝ ਹੱਦ ਤੱਕ ਵਿੱਚ ਕਾਟਨ ਵੀ ਦਿਖਾਵਾਂਗੇ ਜੀ, ਕੁਝ ਪਿਓਰ ਦੀਆਂ ਆਈਟਮਸ ਵੀ ਦਿਖਾਵਾਂਗੇ ਜੀ। ਓਕੇ, ਚਲੇ ਗਾਈਜ਼ ਆਪਕੋ ਆਰਟੀਕਲ ਦਿਖਾਣਾ ਸ਼ੁਰੂ ਕਰਤੇ ਹੈਂ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਪਿਓਰ ਕਾਟਨ ਦੀ ਕੁੜਤੀ। ਹਾਂਜੀ, ਪਿਓਰ ਕਾਟਨ ਦੀ ਕੁੜਤੀ ਹੈ ਜੀ, ਪੂਰਾ 2.5 ਮੀਟਰ ਕੱਟ ਹੋਏਗਾ। ਕੁਆਂਟੀਟੀ ਇਹਦੇ ਵਿੱਚ ਜਿੰਨੀ ਚਾਹੀਦੀ ਹੈ ਜੀ ਉਨੀ ਮਿਲ ਜਾਏਗੀ, ਕਿਉਂਕਿ ਅਜੇ ਗਰਮੀ ਦਾ ਸੀਜ਼ਨ ਪੂਰੀ ਤਰ੍ਹਾਂ ਸਟਾਰਟ ਨਹੀਂ ਹੋਇਆ ਜੀ, ਤਾਂ ਕਰਕੇ ਇਦਾਂ ਦੇ ਮਾਲ ਲੈਸ ਤੇ ਮਿਲ ਜਾਂਦੇ ਆ ਜੀ। ਸੋ ਗਾਈਜ਼, ਇਹ ਕਾਟਨ ਦੀ ਕੁੜਤੀ ਹੈ ਜੀ, ਮਤਲਬ ਕਾਟਨ ਦੀ ਕੁੜਤੀ ਮੋਸਟ ਟ੍ਰੈਂਡਿੰਗ ਆਰਟੀਕਲ ਹੈ। ਤੇ ਮੈਡਮ ਪ੍ਰਾਈਸ ਕਿੰਨਾ ਰਹੂਗਾ ਇਹਨਾਂ ਦਾ? ਇਹ ਪ੍ਰਾਈਸ ਤੁਹਾਨੂੰ ਬਹੁਤ ਘੱਟ 'ਚ ਦੇ ਦਾਂਗੇ ਜੀ, ਪਹਿਲਾਂ ਤੁਸੀਂ ਡਿਜ਼ਾਈਨ ਦੇਖੋ ਜੀ, ਪਿਓਰ ਕਾਟਨ ਦੀ ਕੁੜਤੀ ਦੇ। ਹਾਂਜੀ, ਵਧੀਆ ਵਧੀਆ ਡਿਜ਼ਾਈਨ ਹੈ ਜੀ ਇਹਦੇ ਵਿੱਚ, ਕਲਰ ਹਰ ਤਰ੍ਹਾਂ ਦੇ ਮਿਲ ਜਾਣਗੇ ਜੀ, ਹੈ ਪਿਓਰ ਹੈ ਜੀ। ਜੇ ਕਵਾਂਗੇ ਕੋਈ ਮਿਕਸ ਹੈ ਜਾਂ ਇੱਦਾਂ ਨਹੀਂ ਜੀ, ਪਿਓਰ ਕਾਟਨ ਦੀ ਕੁੜਤੀ ਹੈ। ਮੈਡਮ ਕੁਆਲਿਟੀ ਤਾਂ ਬੈਸਟ ਹੋਊਗੀ ਨਾ? ਹਾਂਜੀ, ਕੁਆਲਿਟੀ ਬਿਲਕੁਲ ਬੈਸਟ ਹੈ ਜੀ। ਅਲੱਗ ਅਲੱਗ ਇਹਦੇ ਵਿੱਚ ਕਲਰ ਡਿਜ਼ਾਈਨ ਹੈ ਜੀ, ਆਹ ਦੇਖੋ। ਓਕੇ, ਨੀਚੇ ਇਸ ਤਰ੍ਹਾਂ ਦਾ ਬਾਰਡਰ ਬਣਿਆ ਹੋਇਆ ਜੀ, ਇਸ ਤਰ੍ਹਾਂ ਲੱਗਦਾ ਜੀ ਕਿ ਜਿਵੇਂ ਨੀਚੇ ਵਰਕ ਕੀਤਾ ਹੁੰਦਾ, ਰਾਈਟ, ਜਦ ਕਿ ਇਹ ਸਿਰਫ ਬਾਰਡਰ ਬਣਿਆ ਹੋਇਆ, ਜਾਂ ਇਦਾਂ ਲੱਗਦਾ ਕਿ ਜਿਵੇਂ ਲੇਸ ਲੱਗੀ ਹੁੰਦੀ ਹੈ ਜੀ। ਸੋ ਗਾਈਜ਼, ਮੋਸਟ ਟ੍ਰੈਂਡਿੰਗ ਆਰਟੀਕਲ, ਮਤਲਬ 250 ਰੁਪਏ 300 ਰੁਪਏ ਕੁੜਤੀ ਸੇਲ ਹੁੰਦੀਆਂ ਕਾਟਨ ਦੀਆਂ। ਹਾਂਜੀ, ਪਿਓਰ ਕਾਟਨ ਦੀ ਕੁੜਤੀ ਹੈ ਜੀ, ਆਪਾਂ ਤੁਹਾਨੂੰ ਦੇ ਦਾਂਗੇ ਜੀ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ। ਓਕੇ, ਰਾਈਟ, ਹਾਂਜੀ, 150 ਰੁਪਏ ਦੇ ਵਿੱਚ। ਦੂਸਰੀ ਇਸ ਵਾਰ ਸੌਰਵ ਜੀ, ਜਿਹੜੀ ਵੀਡੀਓ ਹੈ ਜੀ, ਟੋਟਲ ਹੋਲਸੇਲ ਦੀ ਹੈ ਜੀ, ਜਿਹੜਾ ਰੇਟ ਤੁਹਾਨੂੰ ਦੱਸ ਰਹੇ ਹਾਂ ਜੀ, ਇਹ ਹੋਲਸੇਲ ਦਾ ਰੇਟ ਹੈ ਜੀ, 150 ਰੁਪਏ। ਜੇ ਕੋਈ ਆ ਕੇ ਕਹਿੰਦਾ ਕਿ ਸਿੰਗਲ ਪੀਸ ਲੈਣਾ, ਤਾਂ ਇਸ ਰੇਟ ਤੇ ਨਹੀਂ ਮਿਲੇਗੀ। ਹਾਂਜੀ, ਤੇ ਮੈਡਮ ਇਹ ਬੰਡਲ ਕਿੰਨੇ ਪੀਸ ਦਾ ਹੁੰਦਾ? ਇਹ ਬੰਡਲ ਤਾਂ ਬਹੁਤ ਜ਼ਿਆਦਾ ਜੀ, 50-50 100-100 ਪੀਸ ਦਾ ਹੈ, ਪਰ ਆਪਣੀ ਹੋਲਸੇਲ ਦੀ ਕੰਡੀਸ਼ਨ ਇਹ ਨਹੀਂ ਹੈ ਕਿ ਇਹਦੇ ਚੋਂ 10 ਪੀਸ ਲਓ 15 ਪੀਸ ਲਓ, ਆਪਣੀ ਹੋਲਸੇਲ ਦੀ ਕੰਡੀਸ਼ਨ ਹੈ ਜੀ ਟੋਟਲ ਸ਼ੋਪ ਤੋਂ 5000 ਦਾ ਮਾਲ ਲਓ। ਓਕੇ,
ਤਾਂ ਭਲਾ ਇਹਦੇ ਚੋਂ ਕੁੜਤੀਆਂ ਚਾਰ ਪਵਾ ਲਓ ਪੰਜ ਪਵਾ ਲਓ, ਉਹ ਕਸਟਮਰ ਦੀ ਇੱਛਾ ਹੈ ਜੀ। ਰਾਈਟ, ਹਾਂਜੀ। ਉਸ ਤੋਂ ਬਾਅਦ ਆਲ ਓਵਰ ਕਾਟਨ ਦੇ ਸੂਟ ਆ ਗਏ ਜੀ। ਹਾਂਜੀ, ਦੇਖੋ ਜੀ ਇਹਦੇ ਚ ਡਿਜ਼ਾਈਨ ਇੱਕੀ ਹੈ ਜੀ, ਕਲਰ ਚਾਰ ਮਿਲ ਜਾਣਗੇ। ਆਲ ਓਵਰ ਸੂਟ ਹੈ ਜੀ, ਕਾਟਨ ਦਾ ਕੱਪੜਾ ਹੈ ਇਹ। ਸੋ ਇਦਾਂ ਗਾਈਸ ਲੰਪ ਆਂਦਾ ਹੈ ਜੀ, ਤੁਸੀਂ ਕਟਿੰਗ ਕਰਵਾ ਕੇ ਜਿੰਨਾ ਮਰਜ਼ੀ ਸੂਟ ਲੈ ਸਕਦੇ ਹੋ। ਹਾਂਜੀ, 5-5 ਮੀਟਰ ਕੱਟ ਕੇ ਆਪਾਂ ਸ਼ਾਪਕੀਪਰਸ ਦੀ ਵੈਰਾਈਟੀ ਬਣਾ ਦਿੰਨੇ ਆ ਜੀ। ਓਕੇ, ਜੇ ਕਿਸੇ ਨੇ ਘਰ ਵਈ ਲਈ ਵੀ ਲੈਣੇ ਆ ਤਾਂ 5000 ਦਾ ਮਾਲ ਲੈ ਲਓ ਤਾਂ ਇਹੀ ਰੇਟ ਲੱਗ ਜਾਏਗਾ। ਠੀਕ ਹੈ ਜੀ, ਕਾਟਨ ਦੇ ਸੂਟ ਹੈ ਜੀ, ਆਲ ਓਵਰ 5 ਮੀਟਰ ਕੱਟ ਹੈ, ਚਾਰ ਕਲਰ ਹੈ ਜੀ। ਰੇਟ ਹੈਗਾ ਜੀ ਸਿਰਫ ਤੇ ਸਿਰਫ 170 ਰੁਪਏ। ਓਕੇ ਮੈਡਮ, ਇਹ ਜਿਹਦਾ 170 ਤੁਹਾਡੇ ਕੋਲ ਹੈ, ਮਾਰਕੀਟ 'ਚ ਕਿੰਨੇ ਦਾ ਸੇਲ ਹੋ ਰਿਹਾ ਹੈ? ਮਾਰਕੀਟ ਦੇ ਵਿੱਚ ਜੀ ਇਹੀ ਸੂਟ ਹੈ ਜਿਹੜਾ, ਇਹਦਾ ਮਿਲ ਦਾ ਰੇਟ ਹੀ 250 ਰੁਪਏ ਹੈ ਜੀ। ਓਕੇ, ਆਪਾਂ ਤੁਹਾਨੂੰ 170 ਇੱਥੇ ਦੇ ਰਹੇ ਹਾਂ, ਮਿਲ ਤੋਂ ਬਾਅਦ GST ਲੱਗਣੀ, ਟਰਾਂਸਪੋਰਟ, ਕੁਛ ਮਾਰਜਨ ਦੁਕਾਨਦਾਰ ਨੇ ਵੀ ਕੱਢਣਾ ਹੈ। ਹਾਂਜੀ, ਤੇ ਸੇਲ ਕਰਨਾ ਹੈ ਤਾਂ ਜੀ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿੰਨਾ ਕੋਸਟਲੀ ਹੋ ਜਾਣਾ ਹੈ। ਬਿਲਕੁਲ ਜੀ। ਹਾਂਜੀ, ਉਸ ਤੋਂ ਬਾਅਦ ਆ ਗਏ ਜੀ ਕਾਟਨ ਦੇ 2 ਪੀਸ। ਆ ਲਓ ਜੀ, ਇਹ ਤੁਹਾਨੂੰ ਮਿਲ ਜਾਣਗੇ ਜੀ ਕਾਟਨ ਦੇ 2 ਪੀਸ। ਓਕੇ, ਰਾਈਟ। ਹਾਂਜੀ, ਇਹ ਹੈ ਜੀ ਕਾਟਨ ਦੇ 2 ਪੀਸ, ਇਹਦੀ ਸ਼ਰਟ। ਸੋ ਗਾਇਸ, ਡਿਜੀਟਲ ਪ੍ਰਿੰਟ ਦੇ ਸੂਟ ਹੈ ਜੀ, ਨਾਲ ਮਤਲਬ ਬਿਊਟੀਫੁਲ ਬਾਟਮ, ਕੀ ਬਾਤ ਹੈ! ਪਿਓਰ ਕਾਟਨ ਦੀ ਨਾਲ ਬਾਟਮ ਹੈ ਜੀ। ਹਾਂਜੀ, 2.5 ਪਲੱਸ ਕੱਟ ਹੋਏਗਾ ਜੀ ਬਾਟਮ ਦਾ। ਪੂਰੀ 2.5 ਮੀਟਰ ਦੀ ਸ਼ਰਟ ਹੋਵੇਗੀ ਜੀ। ਕਲਰ ਡਿਜ਼ਾਈਨ ਇਹਦੇ ਚ ਬਹੁਤ ਮਿਲ ਜਾਣਗੇ। ਸੋ ਸਾਰੇ ਬ੍ਰਾਂਡਡ ਸੂਟ ਹੈ ਜੀ, ਜਿੱਦਾਂ ਤੁਸੀਂ ਕੈਟਲੌਗ ਦੇ ਸੂਟ ਲੈਣੇ ਹੋ ਨਾ, ਇਹ ਸੇਮ ਉਹੀ ਸੂਟ ਹੈ, ਸਾਨੂੰ ਅਸੀਂ ਹੋਲਸੇਲ ਚ ਦੇਣ ਵਾਲੇ ਹਾਂ ਜੀ। ਹਾਂਜੀ, ਹੋਲਸੇਲ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ। 2.5 ਦੀ ਸ਼ਰਟ ਹੈ ਜੀ, 2.5 ਪਲੱਸ ਬਾਟਮ ਹੈ। ਓਕੇ, 2 ਪੀਸ ਸੂਟ ਹੈ ਜੀ। ਰਾਈਟ, ਰੇਟ ਹੈ ਜੀ ਸਿਰਫ ਤੇ ਸਿਰਫ 190 ਰੁਪਏ ਦਾ। ਮੈਡਮ, ਬਸ 190 ਦਾ? ਹਾਂਜੀ, 190 ਦਾ ਤੁਹਾਨੂੰ 2 ਪੀਸ ਦੇ ਦੇਣਾ ਜੀ। ਸਾਡੇ ਕੋਲ ਜਦੋਂ ਆਉਂਦੇ ਜੀ ਦੁਕਾਨਦਾਰ ਜਾਂ ਕਸਟਮਰ ਆ ਕੇ ਪੁੱਛਦੇ ਨੇ ਮੈਡਮ ਦੁਪੱਟਾ ਨਹੀਂ ਨਾਲ, ਤਾਂ ਦੇਖੋ ਜੀ ਇਹੀ ਤਾਂ ਲੋਟ ਦੀ ਗੱਲ ਹੈ ਨਾ, ਕਿ ਮਿਲ ਕੋਲ ਸ਼ਰਟ ਤੇ ਬਾਟਮ ਰਹਿ ਗਿਆ, ਦੁਪੱਟਾ ਖਤਮ ਹੋ ਗਿਆ, ਤਾਂ ਉਹਨਾਂ ਨੇ ਮਾਲ ਲੋਟ ਵਿੱਚ ਕੱਢਤਾ। ਓਕੇ, ਇੱਦਾਂ ਦੀਆਂ ਪਿਓਰਟੀ ਦੀਆਂ ਚੀਜ਼ਾਂ ਜੇ ਤੁਸੀਂ ਕਹੋ ਦੁਪੱਟੇ ਨਾਲ, 190 ਦੀਆਂ ਨਹੀਂ ਮਿਲਦੀਆਂ ਜੀ। ਹਾਂਜੀ, ਜਿਹੜੀਆਂ ਅਸੀਂ ਤੁਹਾਨੂੰ 190 'ਚ 2.5 ਤੇ 2.5 ਪਲੱਸ, ਮਤਲਬ 5.25 ਮੀਟਰ ਦੇ ਨੇੜੇ ਤੇੜੇ ਕੱਪੜਾ ਦੇ ਦੇਣਾ ਤੁਹਾਨੂੰ। ਰਾਈਟ, ਸਿਰਫ ਤੇ ਸਿਰਫ 190 ਦਾ। ਸਾਡੀ ਦੁਕਾਨ ਦੀ ਸਪੈਸ਼ਲਿਸਟ ਹੀ ਹੈ ਜੀ, ਦੁਪੱਟਾ ਤੁਸੀਂ ਲੈਣ ਜਾਓਗੇ ਜੀ 500-600 ਰੁਪਏ ਦਾ ਮਿਲੂਗਾ, ਉਹੀ ਵਿਦਆਊਟ ਦੁਪੱਟਾ, ਸਿਰਫ 500 ਦਾ ਦੁਪੱਟਾ ਐਡ ਕਰਨਾ ਇਹਦੇ ਵਿੱਚ ਤੇ ਬਹੁਤ ਵਧੀਆ ਸੂਟ ਰੈਡੀ ਹੋ ਜਾਊਗਾ। ਹਾਂਜੀ, ਤੇ ਇੱਕ ਆਪਣੀ ਦੁਕਾਨ ਦੀ ਸਪੈਸ਼ਲਿਸਟ ਹੀ ਇਹ ਹੈ ਜੀ ਕਿ ਆਪਣੀ ਕੱਟ ਦੀ ਬਿਲਕੁਲ ਚੋਰੀ ਨਹੀਂ ਹੈ ਜੀ। ਜੇ ਕਸਟਮਰ ਆਉਂਦੇ ਨੇ ਤਾਂ ਆਪਣਾ ਇੰਚੀ ਟੇਪ ਦੇ ਨਾਲ ਨਾਪ ਕੇ ਲੈ ਕੇ ਜਾਣ ਜੀ। ਓਕੇ, ਜੇ ਸੂਟ 2.5 ਦੀ ਸ਼ਰਟ ਜੀ, 2.5 ਪਲੱਸ ਦੀ ਬਾਟਮ ਕਹੀ ਹੈ ਜੀ, ਆਹ ਦੇਖੋ ਦੇ ਗਲੇ ਤੇ ਕਿੰਨਾ ਸੋਹਣਾ। ਵੀਡੀਓ ਦੇ ਵਿੱਚ ਸਭ ਨੂੰ ਵਰਕ ਲੱਗੇਗਾ, ਪਰ ਇਹ ਪ੍ਰਿੰਟ ਹੈ ਜੀ, ਪ੍ਰਿੰਟ ਦਾ ਡਿਜ਼ਾਈਨ ਹੈ। ਆ ਦੇਖੋ ਜੀ ਘੇਰੇ ਤੇ ਇਦਾਂ ਦੀ ਆ। ਸੋ ਦੋਸਤੋ, ਗਰਮੀਆਂ ਦੀ ਸਟਾਰਟਿੰਗ ਹੈ ਜੀ, ਜੇ ਤੁਸੀਂ ਸਟਾਰਟਿੰਗ ਵਿੱਚ ਹੀ ਇੰਨੀ ਵਧੀਆ ਵੈਰਾਈਟੀ ਸਸਤੇ ਰੇਟ ਤੇ ਲੈ ਲਈ ਨਾ, ਪੂਰੀ ਗਰਮੀਆਂ ਬਹੁਤ ਵਧੀਆ ਪ੍ਰੋਫਿਟ ਮਿਲੂਗਾ ਜੀ। ਆ ਲਓ ਜੀ, ਇਹਦੇ ਚ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਜੀ ਤੁਹਾਨੂੰ। ਓਕੇ, ਆ ਲਓ ਜੀ, ਇਹਦੇ ਚ ਕਲਰ ਹੈ ਪਿੰਕ ਹੈ, ਇਹ ਬਿਲਕੁਲ ਪਿਓਰ 100% ਪਿਓਰ ਕਾਟਨ ਹੈ ਜੀ। ਆ ਕੇ ਫੀਲ ਕਰਕੇ ਟੱਚ ਕਰਕੇ ਤੁਸੀਂ ਸ਼ੋਪ ਤੇ ਦੇਖ ਸਕਦੇ ਹੋ ਜੀ ਪਿਓਰ ਕਾਟਨ। ਦੇਖੋ ਜੀ ਪਿਓਰ ਕਾਟਨ ਦੀ ਨਾਲ ਬਾਟਮ ਹੈ, ਕਲਰ ਡਿਜ਼ਾਈਨ ਇਹ ਚ ਮਿਲ ਜਾਣਗੇ। ਆ ਦੇਖੋ ਜੀ ਕਿੰਨਾ ਸੋਹਣਾ ਪੀਸ ਹੈ। ਜੇ ਕਿਸੇ ਨੇ ਸੇਲ ਲਗਾ ਕੇ ਵੀ ਵੇਚਣਾ ਜੀ, 250 ਰੁਪਏ ਵੇਚ ਦੋ, 300 ਵੇਚ ਦੋ, ਜਿੰਨੇ ਦੇ ਚ ਮਰਜ਼ੀ ਲੈ ਲਓ ਜੀ। ਪੂਰਾ ਬੰਡਲ ਆਊਗਾ ਜੀ, ਤੇ ਬੰਡਲ ਦੀ ਸਪੈਸ਼ਲਿਟੀ ਦੇਖੋ, ਜਿੰਨੇ ਡਿਜ਼ਾਈਨ ਹੈ ਸਾਰੇ ਅਲੱਗ ਅਲੱਗ ਹੈ। ਇਹ ਲੱਗ ਰੇਂਜ ਦਾ ਜੀ ਸਰਵ ਜੀ, ਇਹ ਪੀਏਗਾ ਜੀ ਪੀਸ ਸਿਰਫ ਤੇ ਸਿਰਫ 240 ਰੁਪਏ ਦਾ। ਓਕੇ, ਇਹ 240 ਦਾ ਸੂਟ ਹੈ ਜੀ, ਇਹ ਕਾਟਨ ਉਹਦੇ ਨਾਲੋਂ ਪਹਿਲਾਂ ਵਾਲੀ ਕਾਟਨ ਨਾਲੋਂ ਐਕਸਪੀਰੀਅਰ ਹੈ। ਓਕੇ, ਇਹ ਸੂਟ ਪਏਗਾ ਜੀ ਤੁਹਾਨੂੰ 240 ਰੁਪਏ ਦਾ। ਹਾਂਜੀ ਸਰ, ਜਿਵੇਂ ਨੈਕਸਟ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਨਾ ਕਿ ਜਿਵੇਂ ਹੁਣ ਠੰਡਾ ਮਿੱਠਾ ਮੌਸਮ ਹੈ ਜੀ,
ਅਜੇ ਜਿਵੇਂ ਸਾਰੀ ਫਰਵਰੀ ਪਈ ਆ, ਸਾਰਾ ਮਾਰਚ, 15 ਅਪ੍ਰੈਲ ਤੱਕ ਵੀ ਇੰਨੀ ਗਰਮੀ ਨਹੀਂ ਹੋਣੀ। ਤੁਸੀਂ ਆਰਾਮ ਨਾਲ ਜੋਰਜਟ ਇੱਦਾਂ ਦੇ ਕੱਪੜੇ ਪਹਿਨ ਸਕਦੇ ਹੋ। ਤਾਂ ਦੇਖੋ ਜੀ, ਤੁਹਾਨੂੰ ਜੋਰਜਟ ਦੇ ਦੇਣੀ ਹੈ ਜੀ, ਵਰਕ ਵਾਲੀ। ਰਾਈਟ, ਕਲਰ ਡਿਜ਼ਾਈਨ ਇਹਦੇ ਵਿੱਚ ਬਹੁਤ ਹੈ ਜੀ। ਆਹ ਤੁਹਾਨੂੰ ਥੋੜ੍ਹੇ ਪੀਸ ਖੋਲ ਕੇ ਦਿਖਾ ਦਿੰਦੇ ਹਾਂ। ਆਹ ਦੇਖੋ ਜੀ, ਇਹ ਜੋਰਜਟ ਹੈ, ਜੋਰਜਟ ਦੇ ਉੱਪਰ ਡਿਜੀਟਲ ਵਰਕ ਕੀਤਾ ਹੋਇਆ ਜੀ, ਪਲੱਸ ਉੱਪਰ ਕਰੋਸ਼ਿਟ ਵਰਕ ਹੈ ਜੀ। ਰਾਈਟ, ਬਹੁਤ ਸੋਹਣੀ ਜੋਰਜਟ ਹੈ ਜੀ। ਜਿਵੇਂ ਅਜੇ 2-2.5 ਮਹੀਨੇ ਇਹੀ ਕੱਪੜਾ ਚੱਲਣਾ ਹੈ ਜੀ, ਚਾਹੇ ਪਾਰਟੀ ਵੇਅਰ ਪਾ ਲਓ ਚਾਹੇ ਨੋਰਮਲ। ਸੋ ਦੋਸਤੋ, ਤੁਸੀਂ ਡਰੈਸਿਸ ਬਣਾਉਣ ਲਈ ਜੇ ਤੁਸੀਂ ਫੈਬਰਿਕ ਲੈਣ ਜਾਓਗੇ ਨਾ ਮੈਡਮ, ਕਿੰਨੇ ਮੀਟਰ ਫੈਬਰਿਕ ਸੇਲ ਹੁੰਦਾ ਇਹ? ਇਹ ਜਿਹੜੀ ਫੈਬਰਿਕ ਹੈ ਜੀ, ਇਹ ਤੁਸੀਂ ਕਟਵਾ ਕੇ ਚਾਹੇ ਫਰੋਕ ਸੂਟ ਬਣਾ ਲਓ ਚਾਹੇ ਗਾਊਨ ਬਣਾ ਲਓ, ਹਾਂਜੀ, ਤਾਂ ਅਸੀਂ ਤੁਹਾਨੂੰ ਦੇ ਦੇਣਾ ਜੀ ਸਿਰਫ ਤੇ ਸਿਰਫ 70 ਰੁਪਏ ਮੀਟਰ। ਓਕੇ, ਦੇਖੋ ਜੀ, 70 ਰੁਪਏ ਮੀਟਰ ਦੇ ਵਿੱਚ ਕੱਪੜਾ ਵੀ ਹੈ ਤੇ ਜਿਹੜਾ ਵਰਕ ਹੈ, ਜੇ ਆਪਾਂ ਵਰਕ ਕਰਾਉਣ ਜਾਂਦੇ ਹਾਂ ਤਾਂ 100-150 ਰੁਪਏ ਮੀਟਰ 'ਚ ਤਾਂ ਇਹ ਵਾਲਾ ਜੀ ਗੋਟਾ ਪੱਤੀ ਦਾ ਵਰਕ ਹੀ ਆਉਂਦਾ ਹੈ। ਤਾਂ ਅਸੀਂ ਤੁਹਾਨੂੰ ਸਮੇਤ ਵਰਕ 70 ਰੁਪਏ ਮੀਟਰ ਦੇ ਵਿੱਚ ਫੈਬਰਿਕ ਦੇ ਦੇਣੀ ਹੈ ਜੀ। ਰਾਈਟ, ਇਹਦੇ ਬਹੁਤ ਗਾਊਨ ਬਣਦੇ ਆ ਜੀ, ਪਾਰਟੀ ਵੇਅਰ ਡਰੈਸਿਸ ਬਣਦੀਆਂ ਜੀ। ਸੋ ਗਾਈਸ, ਸਕਰੀਨਸ਼ੋਟ ਲੈ ਲਓ ਜੀ, ਵਟਸਐਪ ਕਰ ਦਿਓ, ਇਹ 'ਚ ਨਾ ਸਾਰੇ ਡਿਜ਼ਾਈਨ ਮਿਕਸ ਆਉਂਦੇ ਆ ਜੀ। ਸੋ ਮਿਕਸ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਇੱਥੋਂ ਦੀ ਆ ਕੇ। ਹਾਂਜੀ, ਆਹ ਦੇਖੋ ਜੀ, ਹਾਂਜੀ, ਰਿਟੇਲ ਕਸਟਮਰ ਲੈ ਸਕਦੇ ਨੇ, ਪਰ ਰੇਟ ਥੋੜਾ ਐਕਸਟਰਾ ਹੋਏਗਾ ਜੀ, ਇਹ ਰੇਟ ਹੋਲਸੇਲ ਦੇ ਦੱਸ ਰਹੇ ਹਾਂ। ਰਾਈਟ, ਸੌਰਵ ਜੀ ਇੱਕ ਵਾਰੀ ਐਡਰੈਸ ਦੱਸ ਦਈਏ ਜੀ, ਕਸਟਮਰ ਨੂੰ ਬਾਅਦ ਵਿੱਚ ਵੀਡੀਓ 'ਚ ਐਡਰੈਸ ਨਹੀਂ ਪਤਾ ਲੱਗਦਾ ਜੀ। ਆਪਣਾ ਹੈਗਾ ਜੀ ਲੁਧਿਆਣਾ ਦੇ ਵਿੱਚ JMD ਮਾਲ, ਓਕੇ, ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਜੀ, ਰੇਲਵੇ ਸਟੇਸ਼ਨ ਤੋਂ ਸੜਕ ਕ੍ਰੋਸ ਕਰਕੇ ਹਾਂਜੀ ਦੂਸਰੀ ਸਾਈਡ JMD ਮਾਲ ਹੈ ਜੀ। ਉਸ ਦੇ ਵਿੱਚ ਫਸਟ ਫਲੋਰ ਤੇ ਸ਼ਾਪ ਨੰਬਰ 4 ਹੈ ਜੀ, A to Z ਕੱਟਪੀ ਸੈਂਟਰ। ਤੁਸੀਂ ਉੱਥੇ ਆ ਕੇ ਇਹ ਸਾਰਾ ਕੱਪੜਾ ਹਰ ਇੱਕ ਵੈਰਾਈਟੀ ਵਿੱਚੋਂ ਥੋੜਾ ਥੋੜਾ ਖਰੀਦ ਕੇ ਵੀ ਬਣਾ ਸਕਦੇ ਹੋ ਜੀ। ਹਾਂਜੀ, ਇਸ ਤੋਂ ਬਾਅਦ ਆ ਗਈ ਜੀ ਰਿਓਨ। ਆ ਦੇਖੋ ਜੀ, ਰਿਓਨ ਹੈ ਜੀ, ਸੂਰਤ ਦੀ ਰਿਓਨ ਹੈ ਜੀ, 14 ਕਿਲੋ ਕੁਆਲਿਟੀ ਹੈ ਜੀ, ਵਧੀਆ ਵਾਲੀ ਰਿਓਨ ਹੈ। ਰਿਓਨ ਦੇ ਉੱਪਰ ਵੀ ਦੇਖੋ ਇਹਦਾ ਇੱਕ ਕਲਰ ਉੱਤਰ ਪਿਆ ਯੈਲੋ। ਸੋ ਦੋਸਤੋ, ਫੁੱਲ ਲੰਪ ਆਉਂਦੇ ਆ ਜੀ, ਕਟਿੰਗ ਕਰਵਾ ਕੇ ਜਿੰਨਾ ਮਰਜ਼ੀ ਮੀਟਰ ਫੈਬਰਿਕ ਲੈ ਜਾਓ ਤੁਸੀਂ ਇੱਥੋਂ, ਬੈਸਟ ਵੈਰਾਈਟੀ ਬਣ ਜੂਗੀ ਜੀ ਬਹੁਤ ਘੱਟ ਬਜਟ 'ਚ। ਆ ਦੇਖੋ ਜੀ ਰਿਓਨ ਹੈ, ਰਿਓਨ ਦੇ ਉੱਪਰ ਵੀ ਦੇਖੋ ਜੀ ਗੋਲਡਨ, ਹਾਂਜੀ, ਪਹਿਲਾਂ ਲਾਈਨਿੰਗ ਹੈ ਜੀ ਗੋਲਡਨ, ਫਿਰ ਵਿੱਚ ਕਰੋਸ਼ਟ ਵਰਕ ਹੈ ਜੀ। ਓਕੇ, ਧਿਆਨ ਨਾਲ ਦੇਖੋ, ਬਹੁਤ ਸੋਹਣਾ ਵਰਕ ਹੈ ਜੀ, ਇਹ ਤੁਹਾਡਾ 12 ਮਹੀਨੇ ਪੈਣ ਵਾਲਾ ਕੱਪੜਾ ਹੈ ਜੀ, ਸ਼ਾਈਨਿੰਗ ਫੁੱਲ ਹੈ ਜੀ, ਮਤਲਬ ਜਿਨ੍ਹਾਂ ਦੀ ਡਰੈਸਿਸ ਬਣਦੀ ਹੈ ਨਾ ਇਹ ਉਹ ਵਾਲੇ ਫੈਬਰਿਕ ਦਿਖਾ ਰਹੇ ਹਾਂ। ਇਹ ਸਰਦੀਆਂ ਦੇ ਵਿੱਚ ਰਿਓਨ ਦਾ ਕੱਪੜਾ ਨਿੱਘਾ ਹੋ ਜਾਂਦਾ ਜੀ, ਗਰਮੀਆਂ ਦੇ ਵਿੱਚ ਠੰਡਾ, ਓਕੇ, ਕੋਈ ਵੱਧਾ ਘਟਦਾ ਜਾਂ ਲਟਕਦਾ ਨਹੀਂ ਜੀ, ਵਧੀਆ ਵਾਲੀ ਰਿਓਨ ਹੈ। ਇਹ ਤੁਹਾਨੂੰ ਮਿਲੇਗੀ ਜੀ ਸਿਰਫ ਤੇ ਸਿਰਫ 80 ਰੁਪਏ ਮੀਟਰ, ਹਾਂਜੀ, 200 ਰੁਪਏ ਦੀ ਕੁੜਤੀ ਬਣ ਜਾਣੀ ਹੈ ਜੀ। ਓਕੇ, ਆਓ ਖਿੱਚੋ, ਉਠਾਓ ਰਿਓਨ। ਸੋ ਗਾਈਸ, ਪ੍ਰਾਈਸ ਨੋਟ ਕਰੀ ਚੱਲੋ ਜੀ, ਪ੍ਰਾਈਸ ਕਾਪੀ ਤੇ ਨੋਟ ਕਰ ਲਓ, ਜੋ ਪ੍ਰਾਈਸ ਦੱਸ ਰਹੇ ਆ ਮੈਡਮ ਸੇਮ ਪ੍ਰਾਈਸ ਲੱਗੂਗੇ ਨਾ? ਸੇਮ ਪ੍ਰਾਈਸ ਮਿਲੇਗਾ ਜੀ, ਪਰ ਹੋਲਸੇਲ। ਹਾਂਜੀ, ਕਿਉਂਕਿ ਬੀਬੀਆਂ ਆ ਕੇ ਬਹੁਤ ਬਹਿਸ ਕਰਦੀਆਂ ਜੀ, ਤੁਸੀਂ ਆ ਕੇ ਵੀਡੀਓ ਵਿੱਚ ਇਹ ਰੇਟ ਦੱਸਿਆ ਤਾਂ ਇਹ ਹੋਲਸੇਲ ਪ੍ਰਾਈਸ ਹੈ ਜੀ, ਜਿਨ੍ਹਾਂ ਨੇ ਦੁਕਾਨ ਤੇ ਅੱਗੇ ਜਾ ਕੇ ਸੇਲ ਕਰਨਾ। ਬਿਲਕੁਲ ਜੀ, ਘਰ ਲਈ ਵੀ ਜੇ ਕਿਸੇ ਨੇ ਲੈਣਾ ਜੀ, ਉਹ 5000 ਦੀ ਸ਼ਾਪਿੰਗ ਕਰਦੇ ਨੇ ਤਾਂ ਉਹਨਾਂ ਨੂੰ ਵੀ ਇਹ ਰੇਟ ਲੱਗ ਜਾਏਗਾ। ਉਸ ਤੋਂ ਬਾਅਦ ਆ ਗਿਆ ਜੀ, ਆਹ ਦੇਖੋ, ਇਹ ਵੀਡੀਓ ਵਿੱਚ ਦਿਖਾਉਣ ਲਈ ਇੰਨਾ ਮਾਲ ਮੰਗਾਇਆ ਸੀ ਜੀ, ਪਰ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਸੇਲ ਹੋ ਗਿਆ। ਓਕੇ, ਪਰ ਕਸਟਮਰ ਟੈਨਸ਼ਨ ਨਾ ਕਰਨ, ਜਦ ਤੱਕ ਵੀਡੀਓ ਅਪਲੋਡ ਹੋਣੀ ਹੈ ਤਾਂ ਹੋਰ ਮਾਲ ਆ ਜਾਣੇ। ਰਾਈਟ, ਪਿਓਰ ਕਾਟਨ ਦੇ ਉੱਤੇ ਆਹ ਦੇਖੋ ਜੀ, ਡਿਜੀਟਲ ਵਰਕ ਹੈ ਜੀ, ਪਲੱਸ ਚਿਕਨ ਮੀਨਾਕਾਰੀ ਹੈ। ਰਾਈਟ, ਦੇਖੋ ਜੀ, ਇਹ ਕੱਪੜਾ ਸੀਜ਼ਨ ਦੇ ਵਿੱਚ 300-400 ਰੁਪਏ ਮੀਟਰ ਵਿਕਣਾ ਹੈ ਜੀ, ਵੱਡਾ ਬਣਾ ਹੈ ਜੀ, 1.5 ਮੀਟਰ ਦੀ ਕੁੜਤੀ ਬਣਦੀ ਹੈ,
ਹਰ ਇੱਕ ਦੇ ਬਾਰਡਰ ਤੇ ਦੇਖੋ ਜੀ ਕਿੰਨਾ। ਸੋ ਦੋਸਤੋ ਫਟਾਫਟ ਸਕਰੀਨਸ਼ਾਟ ਲੈ ਲਓ ਜੀ, ਚਿਕਨਕਾਰੀ ਮਤਲਬ ਜਿਹੜਾ ਫੈਬਰਿਕ ਹੈ ਨਾ ਕਾਟਨ ਦਾ ਬਹੁਤ ਘੱਟ ਮਿਲਦਾ ਹੈ। ਮਿਲਦਾ ਹੈ ਤੇ ਜੀ ਬਹੁਤ ਉੱਚੀ ਰੇਂਜ ਚਲੇ ਜਾਂਦਾ ਜੀ। ਛੋਟਾ ਬਣਾ 100-125 ਰੁਪਏ ਮੀਟਰ ਹੈ ਜੀ, ਤਾਂ ਫਿਰ ਵੱਡਾ ਬਣਾ ਜਿਹਦੀ ਸਿਰਫ 1.5 ਮੀਟਰ ਦੇ ਵਿੱਚ ਕੁੜਤੀ ਬਣਦੀ ਹੈ। ਹਾਂਜੀ, ਤੇ ਕੁੜਤੀ ਹੋਲਸੇਲ ਦੇ ਵਿੱਚ ਬਣਨੀ ਹੈ ਜੀ ਸਿਰਫ ਤੇ ਸਿਰਫ 225 ਰੁਪਏ ਦੀ। ਓਕੇ ਹਾਂਜੀ, 225 ਰੁਪਏ ਦੇ ਵਿੱਚ ਦੇਖੋ ਜੀ ਡਿਜੀਟਲ ਕੱਪੜਾ ਨਹੀਂ ਆਉਂਦਾ, ਨਾਲ ਅਸੀਂ ਤੁਹਾਨੂੰ ਚਿਕਨਕਾਰੀ ਵਰਕ ਵੀ ਦੇ ਰਹੇ ਹਾਂ। ਸੋ ਦੋਸਤੋ ਪ੍ਰਾਈਸ ਨੋਟ ਕਰੀ ਚੱਲੋ ਜੀ, ਮਤਲਬ ਬੈਸਟ ਪ੍ਰਾਈਸ ਲਗਾ ਰਹੇ ਹਾਂ। ਹਾਂਜੀ, ਇਹ ਸਾਰਾ ਦੇਖੋ ਜੀ ਲੋਟ ਦਾ ਮਾਲ ਹੈ। ਜੇ ਮਿਲ ਕੋਲ ਆ ਦੇਖੋ ਜੀ ਆ 3 ਕਲਰ ਰਹਿ ਗਏ, 3 ਕਲਰਾਂ ਦਾ ਇੰਨਾ ਮਾਲ ਰਹਿ ਗਿਆ, ਆ 2 ਕਲਰ ਰਹਿ ਗਏ, ਤਾਂ ਇਹ ਸਾਰਾ ਲੋਟ ਦਾ ਮਾਲ ਹੈ ਜੀ। ਲੋਟ ਦਾ ਮਾਲ ਮਤਲਬ ਕੋਈ ਡਿਫੈਕਟ ਨਹੀਂ ਹੈ ਜੀ, ਲੋਟ ਦਾ ਮਾਲ ਮਿਲ ਕੋਲ ਸੈੱਟ ਟੁੱਟ ਜਾਂਦੇ ਨੇ। ਹਾਂਜੀ, ਸੈੱਟ ਵਾਈਜ਼ ਕੱਪੜਾ ਨਹੀਂ ਰਹਿੰਦਾ ਜੀ, ਸੈੱਟ ਟੁੱਟ ਜਾਂਦੇ ਨੇ, ਤੋ ਮਾਲ ਅਸੀਂ ਲਿਆ ਕੇ ਸਸਤੇ ਰੇਟਾਂ 'ਚ ਖਰੀਦਦੇ ਆ ਜੀ। ਓਕੇ, ਸਸਤੇ ਰੇਟਾਂ ਦੇ ਵਿੱਚ ਵੇਚ ਦਿੰਦੇ। ਇਹ ਫੈਬਰਿਕ ਚੇਂਜ ਹੋ ਜਾਊਗਾ, ਫੈਬਰਿਕ ਕਿਹੜਾ ਹੋਊਗਾ? ਇਹ ਫੈਬਰਿਕ ਪਿਓਰ ਕਾਟਨ ਹੈ ਜੀ। ਓਕੇ, ਪੀਸੀ ਕਾਟਨ ਬੋਲਦੇ ਆ ਜੀ ਇਹਨੂੰ, ਪੀਸੀ ਕਾਟਨ ਹੈ ਜੀ। ਇਹਦੇ 'ਚ ਮਾਲ ਵਾਧੂ ਮਿਲ ਜਾਏਗਾ, 5 ਮੀਟਰ ਕੱਟ ਦੇਵਾਂਗੇ ਜੀ, ਜਿਵੇਂ ਪਹਿਲਾਂ ਦੱਸਿਆ ਕੱਟ ਦੀ ਕੋਈ ਚੋਰੀ ਨਹੀਂ। ਹਲੋ ਜੀ, ਇਹ ਪੀਸੀ ਕਾਟਨ ਦਾ ਸੂਟ ਮਿਲ ਜਾਏਗਾ ਜੀ 5 ਮੀਟਰ ਆਲ ਓਵਰ। ਇਹ ਵੀ ਹੁਣ ਹੈ ਜੀ ਗਰਮੀਆਂ 'ਚ ਅਜੇ ਸਟਾਰਟ ਨਹੀਂ ਹੋਈਆਂ, ਜੋ ਗਰਮੀਆਂ ਸਟਾਰਟ ਹੋ ਗਈਆਂ ਤਾਂ ਇਹਦਾ ਰੇਟ ਬਹੁਤ ਵੱਧ ਜਾਣਾ ਜੀ। ਹੁਣ ਦੇ ਦੇਣਾ ਜੀ ਤੁਹਾਨੂੰ ਸਿਰਫ ਤੇ ਸਿਰਫ 230 ਰੁਪਏ ਦਾ ਆਲ ਓਵਰ 5 ਮੀਟਰ, 230 ਰੁਪਏ ਦਾ 5 ਮੀਟਰ ਸੂਟ ਲੈ ਜਾਓ ਜੀ। ਤੇ ਇਹੀ ਜੇ ਤੁਸੀਂ ਜੂਨ ਜੁਲਾਈ 'ਚ ਟਰਾਈ ਕਰੋਗੇ ਸੇਮ ਸੂਟ 400-500 ਤੋਂ ਘੱਟ ਨਹੀਂ ਆਉਣਾ। ਸੋ ਬੈਸਟ ਪ੍ਰਾਈਸ ਤੁਸੀਂ ਜੇ ਲੈਣੇ ਆਪਣੀ ਸ਼ੋਪ ਲਈ ਮਾਲ ਰਹਿਣਾ ਤਾਂ ਫਟਾਫਟ ਆ ਜਾਓ ਜੀ ਦੁਕਾਨ ਤੇ। ਜਿਹੜਾ ਅਸੀਂ ਤੁਹਾਨੂੰ ਇੰਨਾ ਇੰਨਾ ਮਾਲ ਦਿਖਾ ਰਹੇ ਹਾਂ ਜੀ, ਇਹ ਸਿਰਫ ਸੈਂਪਲ ਦਿਖਾ ਰਹੇ ਹਾਂ, ਇਹਦੇ ਵੱਡੇ ਵੱਡੇ ਲੰਪ ਪਏ ਆ ਜੀ, ਤੁਹਾਨੂੰ ਬਾਅਦ ਵਿੱਚ ਉਹ ਲੰਪ ਵੀ ਦਿਖਾ ਦਾਂਗੇ। ਹਾਂਜੀ, ਇੰਨੇ ਇੰਨੇ ਲੰਪ ਉਠਾ ਉਠਾ ਕੇ ਦਿਖਾਣੇ ਸਾਡੇ ਲਈ ਮੁਸ਼ਕਲ ਆ, ਇਸ ਲਈ ਤੁਹਾਨੂੰ ਸਿਰਫ ਉਹਦੇ ਸੈਂਪਲ ਜਿਵੇਂ 5-5 ਮੀਟਰ ਦੇ ਸਾਡੇ ਕੱਟੇ ਹੋਏ ਆ ਉਹ ਦਿਖਾ ਰਹੇ ਹਾਂ। ਇਸ ਤੋਂ ਬਾਅਦ ਆ ਗਈ ਜੀ ਮੁਡਾਲ ਦੀ ਮਸਲੀਨ, ਪਾਰਟੀ ਵੇਅਰ ਆਈਟਮ ਹੈ ਜੀ। ਓਕੇ, ਮੁਡਾਲ ਦੀ ਮਸਲੀਨ ਹੈ, ਰਿਟੇਲ 'ਚ 250 ਰੁਪਏ ਮੀਟਰ ਕੱਪੜਾ ਵਿਕਦਾ ਹੈ ਜੀ। ਹਾਂਜੀ, ਜਿੱਥੋਂ ਮਰਜ਼ੀ ਤੁਸੀਂ ਕਿਸੇ ਸ਼ੋਰੂਮ 'ਚੋਂ ਜਾ ਕੇ ਟਰਾਈ ਕਰ ਸਕਦੇ ਹੋ, ਜਿਹੜਾ ਰੇਟ ਅਸੀਂ ਬੋਲਿਆ ਕਿ ਵਾਕਈ ਇਸ ਰੇਟ 'ਚ ਮਿਲਦਾ ਹੈ, ਪਰ ਆਪਾਂ ਲਿਆਉਂਦੇ ਹਾਂ ਜੀ ਲੋਟ ਦੇ ਵਿੱਚ, ਤਾਂ ਆਪਾਂ ਤੁਹਾਨੂੰ ਲੋਟ ਦੇ ਰੇਟਾਂ ਵਿੱਚ ਹੀ ਮੁਡਾਲ ਦੀ ਮਸਲੀਨ ਦੇ ਦੇਣੀ ਹੈ ਜੀ। ਇਹਦੇ 'ਚ ਇੱਕ ਦੋ ਫੈਬਰਿਕਸ 'ਚ ਦੁਪੱਟਾ ਵੀ ਆ ਜਾਂਦਾ ਜੀ ਨਾਲ ਮੁਡਾਲ ਦਾ ਹੀ। ਸੋ ਗਾਈ ਸਾਰੇ ਡਿਜੀਟਲ ਪ੍ਰਿੰਟ ਮਿਲੂਗੇ ਜੀ, ਸਾਰੇ ਪ੍ਰਿੰਟਿੰਗ ਮਤਲਬ ਪ੍ਰਿੰਟ ਸਾਰੇ ਡਿਫਰੈਂਟ ਹੈ, ਫੋਇਲ ਪ੍ਰਿੰਟ ਵੀ ਹੈ ਜੀ, ਡਿਜੀਟਲ ਪਲੱਸ ਫੋਇਲ ਹੈ ਜੀ। ਮਤਲਬ ਇੰਨੇ ਸੋਹਣੇ ਸੋਹਣੇ ਤੂ ਸੂਟ ਤੁਸੀਂ ਮਾਰਕੀਟ 'ਚ ਟਰਾਈ ਕਰੋ, ਬਹੁਤ ਮਤਲਬ ਹਾਈ ਰੇਂਜ ਵਿੱਚ ਮਿਲਦੇ ਹਾਂ ਜੀ, 1000 ਪਲੱਸ ਦਾ ਇਹਦਾ ਰੇਟ ਹੈ ਜੀ। ਪਰ ਆਪਣੇ ਵੀ ਲੋਟ 'ਚ ਤੁਹਾਨੂੰ ਸਸਤਾ ਮਿਲ ਜਾਏਗੀ, ਇਹਦਾ ਅਸੀਂ ਸਸਪੈਂਸ ਰੱਖਾਂਗੇ ਜੀ। ਓਕੇ, ਕਸਟਮਰ ਆਉਣਗੇ ਤੇ ਉਦੋਂ ਦੱਸਾਂਗੇ ਜੀ ਇਹਦਾ ਰੇਟ। ਇਹਦੇ ਵਿੱਚ ਤੁਹਾਨੂੰ ਲਾਈਟ ਡਾਰਕ ਹਰ ਤਰ੍ਹਾਂ ਦਾ ਚਾਰਟ ਮਿਲ ਜਾਣਾ। ਆਲੋ ਜੀ, ਮੈਡਮ ਮਿਨੀਮਮ ਆਰਡਰ ਕਿੰਨਾ ਰਹੂਗਾ ਇਹ ਆਰਟੀਕਲ ਦਾ? ਮਿਨੀਮਮ ਆਰਡਰ ਹੈ ਜੀ ਪੂਰੀ ਸ਼ਾਪ ਤੋਂ ਤੁਸੀਂ ਕੋਈ ਵੀ ਫੈਬਰਿਕ, ਚਾਹੇ ਸਾਰਿਆਂ ਚੋਂ ਦੋ ਦੋ ਸੂਟ ਲੈ ਲਓ ਚਾਹੇ ਇੱਕ ਇੱਕ ਸੂਟ ਲੈ ਲਓ, 5000 ਦਾ ਤੁਸੀਂ ਪੂਰਾ ਕਰ ਦਿਓ ਜੀ ਆਰਡਰ। ਓਕੇ, ਤਾਂ ਤੁਹਾਨੂੰ ਇਹ ਹੋਲਸੇਲ ਦੇ ਰੇਟ ਲੱਗ ਜਾਣਗੇ। ਤੇ ਆਨਲਾਈਨ ਸ਼ਿਪਿੰਗ ਹੋ ਜੂਗੀ ਹਰ ਜਗ੍ਹਾ? ਆਨਲਾਈਨ ਸ਼ਿਪਿੰਗ ਹੋਏਗੀ ਜੀ, ਉਹਦੇ ਵਿੱਚ ਸ਼ਿਪਿੰਗ ਚਾਰਜਸ ਕਸਟਮਰ ਦੇ ਹੋਣਗੇ। ਰਿਕੁਐਸਟ ਹੈ ਜੀ ਬਾਰ ਬਾਰ ਫੋਨ ਕਰਕੇ ਨਾ ਕਹਿਣ ਜੀ 2000 ਦਾ ਭੇਜ ਦਿਓ, ਸਟਾਰਟ ਕਰਨਾ ਹੈ ਜੀ 3000 ਦਾ ਭੇਜ ਦਿਓ, ਅਸੀਂ ਘੱਟ ਤੋਂ ਘੱਟ 5 ਦਾ ਭੇਜਾਂਗੇ ਜੀ। ਹਾਂਜੀ, ਕਿਉਂਕਿ ਸਾਡਾ ਇੰਨਾ ਕੋਈ ਲੰਬਾ ਚੌੜਾ ਮਾਰਜਨ ਨਹੀਂ ਹੈ ਕਿ ਅਸੀਂ 2000 ਦੇ ਵਿੱਚ 2-2, 4-4 ਸੌ ਰੁਪਇਆ ਕਮਾ ਲੈਣਾ, ਸੂਟ ਪਿੱਛੇ 10-10, 20-20 ਰੁਪਏ ਦਾ ਮਾਰਜਨ ਹੈ। ਓਕੇ, ਇਸ ਲਈ ਜ਼ਿਆਦਾ ਥੋੜ੍ਹਾ ਮਾਲ ਭੇਜ ਕੇ
ਸਾਨੂੰ ਸ਼ਿਪਿੰਗ ਚਾਰਜਸ ਜਾਂ ਪੈਕਿੰਗ ਚਾਰਜਸ ਦਾ ਨੁਕਸਾਨ ਹੀ ਹੁੰਦਾ ਜੀ। ਹਾਂਜੀ, ਇੱਕ ਸਾਡੇ ਕੋਲ ਰਿਓਨ ਦੇ ਵਿੱਚ ਹੈ ਜੀ, ਸਿੰਗਲ ਕਲਰ ਹੈ, ਮਾਲ ਵਾਧੂ ਹੈ। ਆਹ ਦੇਖੋ ਜੀ, 14 ਕਿਲੋ ਕੁਆਲਿਟੀ ਹੈ ਜੀ, ਸੂਰਤ ਦੀ ਰਿਓਨ ਹੈ, ਫੋਇਲ ਪ੍ਰਿੰਟ ਇਹ ਮਿਲ ਜਾਣਗੇ ਜੀ ਸੂਟ। ਓਕੇ, ਉਸ ਤੋਂ ਬਾਅਦ ਆ ਗਈ ਜੀ ਗਲੇਸ ਕਾਟਨ, ਆਹ ਦੇਖ ਲਓ ਜੀ ਗਲੇਸ ਕਾਟਨ ਦੇ ਪ੍ਰਿੰਟ। ਸੋ ਗਾਈਜ਼, ਪੂਰਾ ਬੰਡਲ ਆਉਂਦਾ ਜੀ, ਮਤਲਬ ਵੀਡੀਓ 'ਚ ਬਹੁਤ ਘੱਟ ਸਟੋਕ ਦਿਖਾ ਰਹੇ ਹਾਂ। ਜੇ ਤੁਸੀਂ ਸ਼ੋਪ 'ਤੇ ਵਿਜ਼ਿਟ ਕਰੋਗੇ ਨਾ, ਤੁਹਾਨੂੰ ਇੱਕ ਇੱਕ ਸਟੋਕ ਮਤਲਬ ਬਹੁਤ ਕੁਆਂਟਿਟੀ ਮਾਲ ਮਿਲ ਜੂਗਾ। ਇੱਕ ਇੱਕ ਦੇ ਨਾਲ ਦੇ 50-50 ਸੂਟ ਲੈ ਸਕਦੇ ਹੋ ਜੀ। ਇਹ ਸਿਰਫ ਇੱਕ ਇੱਕ ਸੂਟ ਦਾ ਬੰਡਲ ਬਣਿਆ ਹੈ ਕਿ ਜਦੋਂ ਕਸਟਮਰ ਵੀ ਆਉਂਦਾ ਜੀ ਤਾਂ ਉਹਦੇ ਮੂਹਰੇ ਐਡੇ ਐਡੇ ਥਾਂ ਸਿੱਟਣੇ ਔਖੇ ਆ। ਤੁਹਾਨੂੰ ਇੱਕ ਵਾਰੀ ਸੈਂਪਲ ਦਿਖਾ ਦੇਈ ਜੀ, ਇਹ ਵਾਲੇ ਸੈਂਪਲ ਨੇ, ਇਹਦੇ ਵਿੱਚੋਂ ਕਿੰਨੇ ਪੀਸ ਕਰਨੇ ਨੇ, ਤਾਂ ਫਿਰ ਉਸੇ ਤਰ੍ਹਾਂ ਕਸਟਮਰ ਆਰਡਰ ਕਰ ਦਿੰਦਾ। ਰਾਈਟ, ਆਹ ਦੇਖੋ ਜੀ, ਇੱਦਾਂ ਦੀ ਤੁਹਾਨੂੰ ਗਲੇਸ ਕਾਟਨ ਮਿਲ ਜਾਏਗੀ ਜੀ। ਉਸ ਤੋਂ ਬਿਨਾਂ ਜਾਮ ਦੇ ਪ੍ਰਿੰਟਡ ਵੀ ਲਿਆਓ। ਡਿਜ਼ਾਈਨ ਦੇਖੋ ਜੀ, ਮਤਲਬ ਕਾਟਨ ਦੀ ਨਾ ਫੁੱਲ ਤਿਆਰੀ ਹੋ ਚੁੱਕੀ ਹੈ, ਗਰਮੀਆਂ ਦੀ ਫੁੱਲ ਤਿਆਰੀ ਹੈ। ਜਿਹੜਾ ਫੈਬਰਿਕ ਬੋਲੂੰਗੇ ਸਾਰੇ ਫੈਬਰਿਕ ਅਵੇਲੇਬਲ ਹੈ ਹੋਲਸੇਲ 'ਚ। ਆਹ ਦੇਖੋ ਜੀ, ਪਿਓਰ ਜਾਮ ਹੈ। ਹਾਂਜੀ, ਆਹ ਜਾਮ ਦੀ ਨਿਸ਼ਾਨੀ ਹੈ ਜੀ, ਇਹਦੇ ਉੱਤੇ ਬਾਹਰ ਇੱਦਾਂ ਦੀਆਂ ਮੁੱਛਾਂ ਹੁੰਦੀਆਂ। ਹਾਂਜੀ, ਇਹ ਪਿਓਰ ਜਾਮ ਹੈ ਜੀ। ਓਕੇ, ਜਾਮ ਦੇ ਉੱਤੇ ਪ੍ਰਿੰਟ ਆ, ਪ੍ਰਿੰਟ ਦੇ ਉੱਤੇ ਫੋਇਲ ਹੈ। ਅਸੀਂ ਤੁਹਾਨੂੰ ਪਿਓਰ ਜਾਮ, ਪਲੇਨ ਜਾਮ ਵੀ ਉਨੇ ਦੀ ਨਹੀਂ ਹੁੰਦੀ ਜੀ, ਜਿੰਨੇ 'ਚ ਅਸੀਂ ਤੁਹਾਨੂੰ ਪ੍ਰਿੰਟਡ ਦੇ ਦੇਣੀ ਹੈ। ਹਾਂਜੀ, ਪਿਓਰ ਜਾਮ ਦੇ ਸੂਟ ਹੈ ਜੀ। ਇਹਦੇ ਚਾਹ ਵਾਲੇ ਕਲਰ ਹੈ, ਇਹ ਸਾਰੀ ਪਿਓਰ ਜਾਮ ਪ੍ਰਿੰਟਡ ਹੈ। ਰਾਈਟ, ਤੁਹਾਨੂੰ ਪਿਓਰ ਜਾਮ। ਕੀ ਬਾਤ ਹੈ ਗਾਈਸ, ਪ੍ਰਿੰਟਿੰਗ ਚੈੱਕ ਕਰੋ ਜੀ, ਮਤਲਬ ਇਹੀ ਫੈਬਰਿਕ ਰਿਟੇਲ 'ਚ ਇੰਨੇ ਜ਼ਿਆਦਾ ਕੋਸਟਲੀ ਸੇਲ ਹੁੰਦੇ ਆ ਨਾ, ਹੋਲਸੇਲ 'ਚ ਹੋਰ ਵੀ ਜ਼ਿਆਦਾ, ਮਤਲਬ ਹੋਲਸੇਲ 'ਚ ਸਸਤੇ ਹੁੰਦੇ ਹੀ ਹੈ। ਇੱਥੇ ਤੁਹਾਨੂੰ ਕੱਟ ਪੀਸ ਦੇ ਰਹੇ ਹਾਂ ਜੀ। ਹਾਂ ਦੇਖੋ, ਗਲੇਸ ਦੇ ਡਿਜ਼ਾਈਨ ਦਿਖਾਓ ਦੂਜੇ ਵਾਲੇ। ਜੇ ਲੋਟ ਦੇ ਪ੍ਰਾਈਸ ਲੈਣੇ ਆ ਤਾਂ ਫਟਾਫਟ ਏ ਟੂ ਜ਼ੈਡ ਕੱਟ ਪੀਸ ਸੈਂਟਰ ਵਿਜ਼ਿਟ ਕਰ ਲਓ ਜੀ, ਜੀਐਮਡੀ ਮਾਲ ਲੁਧਿਆਣਾ। ਜਿਹੜੇ ਅੱਜ ਵਾਲੇ ਦਿੱਤੇ ਆ ਉਹ ਵਾਲੇ ਗਲੇਸ ਦੇ, ਆਹ ਦੇਖੋ ਜੀ, ਇੱਦਾਂ ਤੁਹਾਨੂੰ ਕੈਮਰਿਕ ਦੇ ਵਿੱਚ ਵੀ ਅਲੱਗ ਅਲੱਗ ਡਿਜ਼ਾਈਨ ਮਿਲ ਜਾਣਗੇ ਜੀ। ਨੈਕਸਟ ਹੈ ਜੀ ਆਪਣੇ ਕੋਲ ਜਾਰਜਟ ਦੀ ਕੁੜਤੀ ਹੈ ਜੀ, ਆਹ ਦੇਖੋ, ਆਹ ਗਲਾ ਬਣਿਆ ਹੋਇਆ ਜੀ, ਆਹ ਨੀਚੇ ਘੇਰਾ ਬਣਿਆ ਹੋਇਆ। ਓਕੇ, ਪਿਓਰ ਜਾਰਜਟ ਦੀ ਕੁੜਤੀ ਹੈ ਜੀ, ਉੱਪਰ ਡਿਜੀਟਲ ਵਰਕ ਆ, ਉੱਪਰ ਆਹ ਦੇਖੋ ਜੀ ਕਿੰਨਾ ਸੋਹਣਾ ਸੀਕੁਐਂਸ ਵਰਕ ਹੈ। ਇਹਦੇ ਵਿੱਚ ਤੁਹਾਨੂੰ ਕਲਰ ਡਿਜ਼ਾਈਨ ਕਾਫੀ ਮਿਲ ਜਾਣਗੇ ਜੀ। ਇਹਦਾ ਫਰੰਟ ਇੱਦਾਂ ਦਾ ਜੀ, ਬੈਕ ਤੇ ਬਾਹਾਂ ਪਲੇਨ ਹੈ ਜੀ, ਆਹ ਦੇਖੋ। ਸੋ ਗਾਈਸ, ਡਿਜੀਟਲ ਕੁੜਤੀ, ਚਿਕਨਕਾਰੀ ਵਰਕ ਵਿਦ ਸੀਕੁਐਂਸ, ਮਤਲਬ ਇੱਕ ਕੁੜਤੀ ਤੇ ਇੰਨਾ ਸਾਰਾ ਕੰਮ ਕਰਤਾ ਹੈ। ਤੇ ਮੈਡਮ ਪ੍ਰਾਈਸ ਕਿੰਨਾ ਹੋਊਗਾ ਇਹਦਾ? ਇਹ ਪ੍ਰਾਈਸ ਤਾਂ ਹੁਣ ਦੇ ਦਿੰਦੇ ਜੀ, ਇਹ ਪਹਿਲਾਂ ਵੀ ਆਪਣੇ ਕੋਲ ਆਈ ਸੀ ਅੱਜ ਤੋਂ 3-4 ਮਹੀਨੇ, ਤਾਂ ਉਦੋਂ ਇਹਦਾ ਪ੍ਰਾਈਸ ਥੋੜਾ ਵੱਧ ਸੀ ਜੀ, ਹੁਣ ਮਿਲ ਨੇ ਲੈਸ ਕਰਕੇ ਦਿੱਤਾ ਜੀ, ਤਾਂ ਆਪਾਂ ਵੀ ਤੁਹਾਨੂੰ ਬਹੁਤ ਲੈਸ ਕਰਕੇ ਆਪਾਂ ਤੁਹਾਨੂੰ ਸਿੰਪਲ ਜਾਰਜਟ ਦੀ ਕੁੜਤੀ ਦੇ ਬਰਾਬਰ ਇਹਦਾ ਰੇਟ ਦੇ ਦੇਣਾ ਜੀ, ਸਿਰਫ ਤੇ ਸਿਰਫ 150 ਰੁਪਏ ਚ। ਓਕੇ, ਆ ਲਓ ਜੀ, ਇੰਨਾ ਸੋਹਣਾ ਜਾਰਜਟ ਹੈ ਜੀ, ਉੱਪਰ ਡਿਜੀਟਲ ਵਰਕ, ਡਿਜੀਟਲ ਪ੍ਰਿੰਟ ਹੈ ਪਲੱਸ ਸੀਕੁਐਂਸ ਵਰਕ ਹੈ, ਸਿਰਫ ਤੇ ਸਿਰਫ ਆਹ ਦੇਖੋ, ਇਹਦੇ 'ਚ ਕਲਰ ਡਿਜ਼ਾਈਨ ਮਿਲ ਜਾਣਗੇ ਜੀ। ਆਹ ਦਾ ਪਲੇਨ ਬੈਕ ਹੈ ਜੀ, ਇਹ ਤੁਹਾਨੂੰ ਮਿਲ ਜਾਣੀ ਜੀ ਸਿਰਫ ਤੇ ਸਿਰਫ 150 ਰੁਪਏ। ਸੋ ਗਾਈਸ, ਕੋਈ ਵੀ ਆਰਟੀਕਲ ਲੈ ਲਓ ਜੀ, 150 ਰੁਪਏ ਦੀ ਕੁੜਤੀ ਹੈ ਤੇ ਡਿਜ਼ਾਈਨ ਬਹੁਤ ਮਿਲ ਜੂਗੇ। ਆਹ ਦੇਖੋ ਜੀ, ਉਸ ਤੋਂ ਬਾਅਦ ਦੁਪੱਟੇ ਸਾਡੇ ਕੋਲ ਹਰ ਤਰ੍ਹਾਂ ਦੇ ਮਿਲਦੇ ਜੀ, ਪਰ ਜ਼ਿਆਦਾ ਨਹੀਂ ਦਿਖਾ ਰਹੇ, ਵੀਡੀਓ ਲੰਬੀ ਹੋ ਜਾਂਦੀ ਹੈ, ਇਸ ਲਈ 1-2 ਸੈਂਪਲ ਦਿਖਾ ਰਹੇ ਹਾਂ ਜੀ। ਆਹ ਦੇਖੋ, ਜਿਵੇਂ ਆਹ ਨੈੱਟ ਦਾ ਦੁਪੱਟਾ ਹੈ ਜੀ, ਇਹਦੇ 'ਤੇ ਆਹ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ। ਓਕੇ, ਇਹਦੇ 'ਚ ਕਲਰ ਮਿਲ ਜਾਣਗੇ ਜੀ ਕਾਫੀ, ਰਾਈਟ, ਕੁਆਂਟਿਟੀ ਵੀ ਮਿਲ ਜਾਏਗੀ ਕਾਫੀ, ਪਰ ਤੁਹਾਨੂੰ ਇੰਨਾ ਹੀ ਦਿਖਾ ਰਹੇ ਹਾਂ ਜੀ। ਦੁਪੱਟਿਆਂ 'ਚ 2-4 ਵਰਾਇਟੀਆਂ ਦਿਖਾ ਦਿੰਦੇ ਹਾਂ। ਇਹ ਦੁਪੱਟਾ ਮਿਲੇਗਾ ਜੀ ਤੁਹਾਨੂੰ ਸਿਰਫ ਤੇ ਸਿਰਫ 90 ਰੁਪਏ ਦਾ। ਲਓ ਜੀ, 90 ਰੁਪਏ ਦਾ ਔਰਗੈਂਜ਼ਾ ਦੁਪੱਟਾ, ਮਤਲਬ ਗਾਈਸ ਕੁਆਲਿਟੀ ਵੀ ਬਹੁਤ ਵਧੀਆ ਹੈ ਤੇ ਫੈਬਰਿਕ ਤਾਂ ਬੈਸਟ ਹੈ। ਇਸ ਤੋਂ ਬਾਅਦ ਆ ਗਿਆ ਜੀ ਮਿਕਸਰ ਦੁਪੱਟੇ, ਕੋਈ ਕਾਟਨ ਤੇ ਹੈ ਜੀ, ਕੋਈ ਚੰਦੇਰੀ ਤੇ ਹੈ, ਓਕੇ, ਕੋਈ ਮਸਲੀਨ ਤੇ। ਹਾਂਜੀ,
ਇੰਨੇ ਦਾ ਕੋਈ ਤੁਹਾਨੂੰ ਪਲੇਨ ਦੁਪੱਟਾ ਨਹੀਂ ਦੇਵੇਗਾ ਜੀ ਕਾਟਨ ਦਾ, ਜਿੰਨੇ ਦਾ ਸੀ ਤੁਹਾਨੂੰ ਆ ਦੇਖੋ ਇੰਨਾ ਸੋਹਣਾ ਡਿਜੀਟਲ ਪ੍ਰਿੰਟ ਵਾਲਾ। ਜਿੱਦਾਂ ਦੋਸਤੋ ਕੱਲੇ ਸੂਟ ਦਿਖਾਏ ਸੀ ਨਾ ਉਦਾਂ ਕੱਲੇ ਦੁਪੱਟੇ ਵੀ ਮਿਲ ਜੂਗੇ, ਤੁਸੀਂ ਆਪਣੇ ਆਪ ਖੁਦ ਮੈਚਿੰਗ ਕਰ ਸਕਦੇ ਹੋ ਜੀ। ਹਾਂਜੀ ਇਹ ਦੇਖੋ ਜੀ, ਉਹੀ ਤੁਹਾਨੂੰ ਜਿਹੜੀ ਗੱਲ ਦੱਸੀ ਸੀ, ਜਿਵੇਂ ਕਿਸੇ ਮਿਲ ਕੋਲੇ ਸ਼ਰਟਾਂ ਬਚ ਗਈਆਂ, ਕਿਸੇ ਕੋਲੇ ਬੋਟਮ ਬਚ ਗਈ, ਕਿਸੇ ਕੋਲੇ ਟੂ ਪੀਸ, ਇੱਦਾਂ ਹੀ ਆ ਦੇਖੋ ਜੀ ਕਿਸੇ ਕੋਲੇ ਦੁਪੱਟੇ ਬਚ ਗਏ। ਓਕੇ ਆ ਦੇਖੋ ਜੀ ਕਾਟਨ ਦਾ ਦੁਪੱਟਾ, ਕੋਈ ਪਲੇਨ ਨਹੀਂ ਇੰਨੇ ਦਾ ਦਿੰਦਾ ਜਿੰਨੇ ਦਾ ਤੁਹਾਨੂੰ ਅਸੀਂ, ਇੰਨਾ ਸੋਹਣਾ ਡਿਜੀਟਲ ਵਰਕ। ਆ ਦੇਖੋ ਜੀ ਸੀਕੁਐਂਸ ਵਰਕ ਵਾਲੇ ਵੀ ਆ ਵਿੱਚ। ਸੋ ਮਿਕਸ ਫੈਬਰਿਕ ਜਿੰਨੇ ਮਰਜ਼ੀ ਦੁਪੱਟੇ ਲੈ ਲਓ ਜੀ, ਸਾਰੇ ਤੁਹਾਨੂੰ ਮਤਲਬ ਬਹੁਤ ਵਧੀਆ ਵਧੀਆ ਕੁਆਲਿਟੀ ਮਿਲ ਜੂਗੀ, ਸਿਰਫ ਤੇ ਸਿਰਫ 90 ਰੁਪਏ ਦਾ ਦੁਪੱਟਾ। ਹਾਂਜੀ ਆ ਦੇਖੋ 90 ਰੁਪਏ ਚ ਤੁਹਾਨੂੰ ਕੋਈ ਪਲੇਨ ਦੁਪੱਟਾ ਨਹੀਂ ਦਿੰਦਾ ਜੀ, ਅਸੀਂ ਤੁਹਾਨੂੰ ਡਿਜੀਟਲ ਪਲੱਸ ਸੀਕੁਐਂਸ ਵਰਕ। ਹਾਂਜੀ ਸਿਰਫ ਤੇ ਸਿਰਫ 90 ਰੁਪਏ ਦਾ ਦੁਪੱਟਾ। ਓਕੇ ਇਸ ਤੋਂ ਬਾਅਦ ਆ ਗਏ ਜੀ ਚਨੌਨ ਦੇ ਦੁਪੱਟੇ। ਆ ਦੇਖੋ ਜੀ ਬਹੁਤ ਵਧੀਆ ਪਿਓਰ ਚਨੌਨ ਹੈ ਜੀ, ਚਾਹੇ ਇਹ ਇਹਦਾ ਕੋਈ ਦੁਪੱਟਾ ਬਣਾ ਲਵੇ, ਚਾਹੇ ਫੈਬਰਿਕ ਚਨੌਨ ਪਿਓਰ ਚਨੌਨ। ਓਕੇ ਪਿਓਰ ਚਨੌਨ ਤੇ ਸੀਕੁਐਂਸ ਵਰਕ ਹੈ ਜੀ, ਚਾਹੇ ਕੋਈ ਇਹਦਾ ਦੁਪੱਟਾ ਬਣਾ ਲਵੇ। ਜਿਸ ਦੁਪੱਟਾ ਰੇਂਜ ਪਲੇਨ ਚਨੌਨ ਦਾ ਦੁਪੱਟਾ ਨਹੀਂ ਆਉਂਦਾ ਜੀ, ਅਸੀਂ ਤੁਹਾਨੂੰ ਇਹ ਫੈਬਰਿਕ ਸੀਕੁਐਂਸ ਵਰਕ ਤੇ ਦੇ ਦੇਣੀ। ਉਸ ਤੋਂ ਬਾਅਦ ਜੀ ਜਿੱਦਾਂ ਸਾਡੇ ਕੋਲ ਜਾਮ ਕਾਟਨ ਤਾਂ ਤੁਹਾਨੂੰ ਪਲੇਨ ਮਿਲੀ ਜਾਏਗੀ ਜੀ, ਜਾਮ ਕਾਟਨ ਪਿਓਰ ਜਾਮ ਕਾਟਨ, ਕੋਈ ਸਾਬਤ ਕਰ ਦੇਵੇ ਪਿਓਰ ਨਹੀਂ ਹੈ ਤਾਂ ਲੱਖ ਰੁਪਿਆ ਨਾਮ ਦੇਵਾਂਗੇ ਜੀ। ਪਿਓਰ ਸੋ ਗਾਇਸ ਐਮਬ੍ਰੋਇਡਰਡ ਸੂਟ ਵੀ ਮਿਲ ਜੂਗਾ ਜੀ ਮੈਡਮ, ਆਲ ਓਵਰ ਸੂਟ ਹੋਊਗਾ। ਹਾਂਜੀ ਆਲ ਓਵਰ ਸੂਟ ਹੈ ਜੀ, ਪਰ ਇਹਦਾ ਦੁਪੱਟਾ ਨਹੀਂ ਹੈ। ਓਕੇ ਪਿਓਰ ਜਾਮ ਤੇ ਜਿਵੇਂ ਮਿਲ ਕੋਲ ਆ ਦੇਖੋ ਜੀ ਸੂਟ ਮਿਲ ਰਹਿ ਜਾਂਦੇ ਨੇ, ਦੁਪੱਟੇ ਖਤਮ ਹੋ ਜਾਂਦੇ ਨੇ। ਜਿਵੇਂ ਤੁਹਾਨੂੰ ਹੁਣੇ ਦੱਸਿਆ ਕਿ ਦੁਪੱਟੇ ਰਹਿ ਗਏ ਤੇ ਸੂਟ ਖਤਮ ਹੋ ਗਏ, ਤਾਂ ਲੋਟ ਸਾਰਾ ਸਾਡੇ ਕੋਲ ਹੀ ਆਣਾ। ਸੋ ਗਾਇਸ ਅਨਸੋਰਟਿਡ ਸਟਾਕ ਹੈ ਜੀ, ਮਤਲਬ ਕੁਆਂਟੀਟੀ ਫੁੱਲ ਮਿਲ ਜੂਗੀ, ਐਮਬ੍ਰੋਇਡਰੀ ਵੀ ਸਾਰੀ ਅਲੱਗ ਅਲੱਗ ਮਿਲੂਗੀ ਇਹਦੇ ਵਿੱਚ, ਐਮਬ੍ਰੋਇਡਰੀ ਵੀ ਅਲੱਗ ਅਲੱਗ, ਕਲਰ ਡਿਜ਼ਾਈਨ ਵੀ ਅਲੱਗ ਅਲੱਗ ਆ ਦੇ। ਓਕੇ ਦੁਕਾਨਦਾਰ ਦੇਖੋ ਜੀ ਆਮ, ਤੁਸੀਂ ਬਹੁਤ ਵੀਡੀਓ ਦੇਖੀ ਹੈ ਜੀ। ਹਾਂਜੀ ਉਹ ਤੁਹਾਨੂੰ ਕਹਿਣਗੇ ਜੀ ਜਾਮ ਕਾਟਨ ਦਾ ਸੂਟ ਵਿਦ ਪਿਓਰ ਦੁਪੱਟਾ 450 350 ਇਦਾਂ। ਤਾਂ ਦੇਖੋ ਸੌਰਵ ਜੀ ਜਾਮ ਕਾਟਨ ਦਾ ਸੂਰਤ ਦਾ ਮਿਲ ਦਾ 80-85 ਰੁਪਏ ਰੇਟ ਹੈ, ਤਾਂ ਕੋਈ ਪਿਓਰ ਜਾਮ ਦਾ ਸੂਟ ਵਿਦ ਦੁਪੱਟਾ ਵਿਦ ਇੰਨਾ ਐਮਬਰਾਇਡਰੀ ਵਰਕ ਕਿਵੇਂ ਦੇ ਦੇਗਾ? ਤਾਂ ਇਹ ਸਭ ਝੂਠ ਹੁੰਦੇ ਹਨ ਜੀ, ਅਸੀਂ ਜੇ ਪਿਓਰ ਜਾਮ ਕਹਿੰਦੇ ਹਾਂ ਆ ਦੇਖੋ ਜੀ ਪਿਓਰ ਜਾਮ ਦੇਵਾਂਗੇ। ਮਤਲਬ ਦੋਸਤੋ ਜੋ ਦੱਸ ਰਹੇ ਹਾਂ ਸੇਮ ਚੀਜ਼ ਮਿਲੂਗੀ, ਤੁਸੀਂ ਸ਼ੋਪ 'ਤੇ ਵਿਜ਼ਿਟ ਵੀ ਕਰੂੰਗੀ ਨਾ ਫਿਰ ਵੀ ਸੇਮ ਚੀਜ਼ ਆਊਗੀ ਜੀ, ਸੇਮ ਕੁਆਲਿਟੀ ਸੇਮ ਆਰਟੀਕਲ ਕਲਰ ਆਪਸ਼ਨ ਸਾਰੇ ਦਿਖਾਤੇ ਆ ਵੀਡੀਓ 'ਚ, ਕਲਰ ਵੀ ਇੰਨੇ ਸੋਹਣੇ ਆਉਣਗੇ ਜੀ। ਇਹ ਨਹੀਂ ਹੈ ਕਿ ਇਹ ਵਾਲਾ ਮਾਲ ਹੈ ਜਿਹੜਾ ਅਨਸੋਰਟਡ ਹੈ ਤਾਂ ਇਹਦੇ 'ਚ ਜਿਹੜੇ ਕਲਰ ਹੈ ਉਹ ਸੋਹਣੇ ਨਹੀਂ ਹੋਣਗੇ, ਕਲਰ ਵੀ ਹੈ ਜਿਹੜੇ ਉਹ ਪੂਰੇ ਫੈਸ਼ਨੇਬਲ। ਬਿਲਕੁਲ ਜੀ ਕਲਰ ਵੀ ਬੈਸਟ ਹੈ, ਡਿਜ਼ਾਈਨ ਵੀ ਬਹੁਤ ਵਧੀਆ ਜੀ, ਐਮਬ੍ਰੋਇਡਰੀ ਸਾਰੀ ਅਲੱਗ ਅਲੱਗ ਮਿਲ ਜੂਗੀ, ਦੁਪੱਟਾ ਤੁਸੀਂ ਆਪਣਾ ਮੈਚਿੰਗ ਕਰਵਾ ਸਕਦੇ ਹੋ ਇਹਦੇ ਨਾਲ, ਕਿਉਂਕਿ ਜਿਹੜੇ ਮਿਲ ਵੱਲੋਂ ਦੁਪੱਟੇ ਆਉਂਦੇ ਜੀ ਉਹ ਕਸਟਮਰ ਲੈਂਦੇ ਵੀ ਬਹੁਤ ਘੱਟ ਹੈ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਅਸੀਂ ਪਿਓਰ ਦਾ ਦੁਪੱਟਾ ਲੈਣਾ, ਜਿਹੜੇ ਮਿਲ ਵੱਲੋਂ ਆਉਂਦੇ ਆ ਜੀ ਉਹ ਮਿਕਸ ਦੇ ਹੁੰਦੇ ਆ ਤਾਂ ਕਰਕੇ ਉਹ ਲੈਂਦੇ ਨਹੀਂ। ਆ ਦੇਖੋ ਅਤੇ ਰੇਟ ਦਾ ਵੀ ਬਹੁਤ ਡਿਫਰੈਂਸ ਮਿਲੂਗਾ ਜੀ, ਜਿਹੜਾ ਹੋਲਸੇਲ ਦਾ ਰੇਟ 1000 ਰੁਪਏ ਹੈ ਇਹਦਾ ਮੈਡਮ ਲੈਸ 'ਚ ਮਿਲੂਗਾ ਨਾ? ਹਾਂਜੀ ਲੈਸ 'ਚ ਮਿਲੇਗਾ ਜੀ, ਦੇਖੋ ਕਿਉਂਕਿ ਅਨਸੋਰਟਡ ਹੈ, ਜੇ ਅਸੀਂ ਮਾਰਕੀਟ ਨਾਲੋਂ ਕੁਛ ਡਿਫਰੈਂਟ ਚੀਜ਼ ਚੱਕ ਕੇ ਲਿਆਏ ਹਾਂ ਰਾਈਟ, ਤਾਂ ਇਟ ਮੀਨਸ ਕੁਛ ਸਸਤੇ ਦੇ ਵਿੱਚ ਹੀ ਲਿਆਏ ਹਾਂ ਜੀ। ਆ ਦੇਖੋ ਆਹ ਦੇਖੋ ਜੀ ਕਾ ਬਹੁਤ ਸੋਹਣਾ ਪੀਸ ਹੈ, ਇਹਦੇ ਉੱਪਰ ਨਲਕੀ ਦਾ ਕੰਮ ਹੋਇਆ ਜੀ ਹੈਂਡ ਵਰਕ। ਓਕੇ ਬਹੁਤ ਬ੍ਰਾਂਡਡ ਘਰਾਂ ਦੇ ਸੂਟ ਹੈ ਜੀ ਜਿਹੜੇ ਕਿ ਆਪਾਂ ਨੂੰ ਲੋਟ 'ਚ ਮਿਲਦੇ ਆ। ਇਸ ਤੋਂ ਬਿਨਾਂ ਮੈਂ ਤੁਹਾਡੀ ਵੀਡੀਓ ਰਾਹੀਂ ਇੱਕ ਹੋਰ ਵੀ ਦੱਸ ਦਿੰਦੀ ਹਾਂ ਜੀ, ਆਪਣੇ ਕੋਲ ਬ੍ਰਾਂਡਡ ਸੂਟ ਜਿਵੇਂ ਗੰਗਾ, ਵਰਸ਼ਾ, ਰੂਪਾਲੀ,
ਅਲੋਕ, ਕੈਲਾਸ਼, ਇਹ ਵੀ ਤੁਹਾਨੂੰ ਆਪਣੇ ਤੋਂ ਬ੍ਰਾਂਡਡ ਘਰਾਂ ਦੇ ਸੂਟ ਮਿਲ ਜਾਣਗੇ ਜੀ। ਹਲੋ ਜੀ, ਇਹਦੇ 'ਚ ਬਹੁਤ ਮਾਲ ਹੈ ਜੀ, ਜਾਮ 'ਚ ਥੋੜ੍ਹਾ ਹੀ ਦਿਖਾਇਆ, ਇਸ ਤੋਂ ਬਿਨਾਂ ਵੀ ਬਹੁਤ ਮਿਲ ਜਾਏਗਾ ਜੀ। ਉਸ ਤੋਂ ਬਾਅਦ ਇਹ ਕੈਮਰਾ ਦਿਖਾਓ ਜੀ, ਇਹ ਵਾਲੀ ਹੈ ਜੀ ਸਾਡੇ ਕੋਲ ਐਕਸਪੋਰਟ ਦੀ ਕੋਟਨ। ਹਾਂਜੀ, ਐਕਸਪੋਰਟ ਦੀ ਕੋਟਨ ਜੀ, ਜਿਹਨੂੰ ਕਸਟਮਰ ਬਹੁਤ ਲਾਈਕ ਕਰਦਾ। ਆਹ ਦੇਖੋ, ਇਹਦੇ 2-4 ਪੀਸ ਖੁੱਲ੍ਹੇ ਆ, ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਬਹੁਤ ਲਾਈਟ ਵੇਟ ਅਤੇ ਬਹੁਤ ਹੀ ਗਰਮੀ ਦੇ ਵਿੱਚ ਆਰਾਮਦਾਇਕ ਹੁੰਦੀ ਹੈ ਜੀ। ਇਹਨੂੰ ਕਹਿੰਦੇ ਜੀ ਐਕਸਪੋਰਟ ਦੀ ਕੋਟਨ। ਓਕੇ, ਇਹ ਤੁਹਾਨੂੰ ਆਪਣੇ ਕੋਲ ਪੂਰੀ ਗਰਮੀ 'ਚ ਜਿੰਨਾ ਮਾਲ ਚਾਹੀਦਾ ਜੀ, ਐਕਸਪੋਰਟ ਦੀ ਕੈਮਰਿਕ ਹੈ ਜੀ ਇਹ। ਇਹ ਤੁਹਾਨੂੰ ਮਿਲ ਜਾਏਗਾ ਜੀ, ਅਜੇ ਤਾਂ ਸਟਾਰਟਿੰਗ ਹੈ। ਸੋ ਗਾਈਸ, ਬੈਸਟ ਕੁਆਲਿਟੀ ਹੈ ਜੀ, ਡਿਜ਼ਾਈਨ ਵੀ ਬਹੁਤ ਜ਼ਿਆਦਾ ਆ ਚੁੱਕੇ ਆ ਇੱਥੇ ਅਵੇਲੇਬਲ। ਕੀ ਬਾਤ ਹੈ, ਐਕਸਪੋਰਟ ਦੀ ਕੋਟਨ ਹੈ ਜੀ। ਇਹ ਆ ਕੇ ਦੁਕਾਨਦਾਰ ਵੀਰ ਭੈਣਾਂ ਨੂੰ ਹੈਗਾ ਕਿ ਜਿੰਨਾ ਜਲਦੀ ਕੋਟਨ ਦਾ ਮਾਲ ਲੈ ਕੇ ਜਮ੍ਹਾਂ ਕਰ ਲਓ ਜੀ, ਕਿਉਂਕਿ ਫਿਰ ਬਾਅਦ ਵਿੱਚ ਸੀਜ਼ਨ 'ਚ ਤਾਂ ਕੋਟਨ ਮਿਲਣੀ ਨਹੀਂ ਜੀ। ਹਾਂਜੀ ਹਾਂਜੀ, ਇਸ ਤੋਂ ਬਾਅਦ ਜੀ ਤੁਹਾਨੂੰ ਇੱਕ ਲਾਸਟ ਆਰਟੀਕਲ ਦਿਖਾ ਦਿੰਦੇ ਹਾਂ ਜੀ, ਪਿਓਰ ਦੀਆਂ ਕੁੜਤੀਆਂ। ਓਕੇ, ਆਹ ਦੇਖੋ ਆਪਣੇ ਕੋਲ ਡੋਲਾ ਸਿਲਕ ਅਤੇ ਟਿਸ਼ੂ ਸਿਲਕ ਅਤੇ ਆਹ ਦੇਖੋ ਜੀ, ਇੱਦਾਂ ਦੀਆਂ ਪਿਓਰ ਦੀਆਂ ਕੁੜਤੀਆਂ ਵੀ ਮਿਲ ਜਾਣਗੀਆਂ ਤੁਹਾਨੂੰ। ਅਤੇ ਇਹਦੇ ਨਾਲ ਪਿਓਰ ਦਾ ਦੁਪੱਟੇ ਵੀ ਦਿਖਾਓ ਇੱਕ ਦੋ, ਇਹ ਵੀ ਲੈਸ ਰੇਟਾਂ 'ਚ ਜੀ। ਇੱਦਾਂ ਦੀਆਂ ਪਿਓਰ ਦੀਆਂ ਕੁੜਤੀਆਂ ਪਲੱਸ ਆਹ ਵਾਲੇ ਦੇਖੋ ਜੀ, ਡੋਲਾ ਸਿਲਕ ਅਤੇ ਕਲਰ ਡਿਜ਼ਾਈਨ ਇਹਨਾਂ 'ਚ ਇੱਕ ਦੋ ਮਿਲਦੇ ਆ ਜੀ ਲੋਟ ਦੇ ਵਿੱਚ, ਪਰ ਕੁਆਂਟਿਟੀ ਵਾਧੂ ਮਿਲ ਜਾਂਦੀ। ਹਾਂਜੀ, ਪਿਓਰ ਡੋਲਾ ਸਿਲਕ ਦੇ ਦੁਪੱਟੇ। ਐਡਰੈਸ ਫਿਰ ਰਿਪੀਟ ਕਰ ਦਿੰਦੇ ਹਾਂ ਜੀ, JMD ਮੌਲ ਹੈ ਜੀ, ਰੇਲਵੇ ਸਟੇਸ਼ਨ ਦੇ ਸਾਹਮਣੇ ਲੁਧਿਆਣਾ ਵਿੱਚ, ਫਸਟ ਫਲੋਰ, ਸ਼ੋਪ ਨੰਬਰ 4, A to Z ਕੱਟ ਪੀਸ। ਪਹਿਲਾਂ ਆਓ ਪਹਿਲਾਂ ਪਾਓ ਦੇ ਤਹਿਤ ਜਿੰਨਾ ਮਰਜ਼ੀ ਮਾਲ ਲੈ ਜਾਓ ਜੀ, ਲੋਟ 'ਤੇ ਸਸਤੇ ਰੇਟ।